ਆਹ ਸਾਡਾ ਪਿੰਟੂ ਬੈਠਾ ਖਾ ਕੇ ਦਾਣੇ ਤੇ ਅਮਰੂਦ ਤੇ ਸਾਰੀ ਆਵੇ ਚੁੰਝਲ ਦਾਣੇ ਲੱਗੇ ਹੋਏ ਚੁੰਝ ਨੂੰ। ਪਿੰਟੂ ਬੇਟਾ ਕਿੱਥੇ ਆ? ਕਿੱਦਾਂ ਵੇਖਣ ਡਏ? ਆ ਸਾਡਾ ਪਿੰਟੂ ਬੈਠਾ ਕਿੱਧਰ ਨੂੰ ਵੇਖਣਾ? ਪਿੰਟੂ ਬੇਟਾ, ਪਿੰਟੂ ਸਾਡਾ ਬੈਠਾ ਪਿੰਜਰੇ ਤੋਂ ਉੱਪਰ ਚੜ੍ਹ ਕੇ ਉਹਦੇ ਢੱਕਣ ਦੇ ਉੱਤੇ। ਆ ਦੋਨੇ ਬੈਠੇ ਦਾਣੇ ਖਾ ਲਏ? ਦਾਣੇ ਖਾ ਲਏ ਮਿੱਠੂ? ਆ ਸਾਡਾ ਮਿੱਠੂ ਆ। ਸਾਡਾ ਮਿੱਠੂ ਜਿਹੜਾ ਨਾ ਉਹ ਵੇਖਣ ਡਿਆ ਵੀ ਮੈਂ ਹੁਣ ਨਾ ਉੱਡ ਕੇ ਕਿਹੜੇ ਬੰਨੇ ਜਾਵਾਂ, ਜਾਂ ਮੈਂ ਮੋਢੇ ਉੱਤੇ ਬਵਾਂ ਕਿ ਜਾਂ ਮੈਂ ਰੋਸਨਦਾਨ ਦੇ ਉੱਤੇ ਬਵਾਂ, ਵੇਖਣ ਡਿਆ ਅਜੇ ਕਿ ਜਾਂ ਮੈਂ ਬੈੱਡ ਦੇ ਉੱਤੇ ਬਵਾਂ, ਜਾਂ ਤੇ ਬੈੱਡ ਤੇ ਜਾਊਗਾ ਜਾਂ ਇਹ ਰੋਸਨਦਾਨ ਤੇ ਬਹੂਗਾ। ਉਹ ਸੌਣ ਡਿਆ ਦੂਜਾ, ਮਿੱਠੂ ਨੂੰ ਲੱਗਦਾ ਨੀਂਦ ਆਈ ਆ। ਪਿੰਟੂ, ਪਿੰਟੂ ਬੇਟਾ, ਕਿੱਥੇ ਬੇਟਾ? ਨਾ ਬੇਟਾ, ਮੰਮੀ ਬੋਲੋ, ਮੰਮੀ ਬੋਲੋ। ਤੂੰ ਕੀ ਡਿਆ ਕਰਨ ਵੇ ਪਿੰਟੂ? ਤੂੰ ਰੋਗਨ ਛਿੱਲ ਛੱਡਿਆ ਸਾਰਾ ਹੀ, ਵੱਡਾ ਕਾਰੀਗਰ ਬਣਿਆ। ਆ ਵੇਖੋ ਪਿੰਟੂ ਉੱਤੇ ਚੜ੍ਹ ਕੇ ਤੇ ਕਿੱਦਾਂ ਡਿਆ ਵਾ ਰੋਗਨ ਲਾਉਣ, ਏਦਾਂ ਕਰਕੇ ਛਿੱਲਦਾ ਹੀ। ਲਮਕਿਆ ਕਿੱਦਾਂ ਪੜਦੇ ਨੇ ਚਿੰਬੜਿਆ ਈ।
ਪਿੰਟੂ ਸਾਡੇ ਦੀ ਪੂਸ ਵੇਖੋ ਲੱਥ ਗਈ, ਛੋਟੀ ਹੋ ਗਈ, ਦੋ ਖੰਭ ਵੱਡੇ ਵੱਡੇ ਸੀ ਤੇ ਲੱਥ ਗਏ। ਮਿੱਠੂ ਕੋ ਰੋਟੀ ਬੋਲ। ਇਹਦਾ ਬੋਲ ਫਿਰ ਬੋਲ। ਆਹ ਸਾਡਾ ਮਿੱਠ ਵਿੱਚ ਜਾਣ ਡਿਆ, ਉਹਦੀ ਪੂਛ ਨਾ ਟੁੱਟ ਕੇ ਤੇ ਨਿੱਕੀ ਹੋ ਗਈ, ਹੁਣ ਛੋਟੀ ਹੋ ਗਈ, ਦੋ ਖੰਭ ਲੱਥ ਗਏ ਵੱਡੇ। ਆਹ ਵੇਖੋ ਕਿੰਨੀ ਨਿੱਕੀ ਹੋ ਗਈ ਆ। ਕਿੰਨੀ ਛੋਟੀ ਹੋ ਗਈ, ਨਹੀਂ ਤਾਂ ਤਾਰਾਂ ਤੋਂ ਬਾਹਰ ਪੈਂਦੀ ਹੁੰਦੀ ਸੀ ਪੂਛ ਇਹਦੀ।
ਪਿੰਜਰੇ ਦੇ ਅੰਦਰ ਚਲ ਗਿਆ ਵਾ। ਰਾਤ ਦਾ ਟਾਈਮ ਆ, 11:30 ਵੱਜ ਗਏ ਆ ਰਾਤ ਦੇ, ਤੇ ਵਿੱਚ ਚਲ ਗਿਆ। ਤੇ ਦੂਸਰਾ ਸਾਡਾ ਮਿੱਠੂ ਜਿਹੜਾ ਵਾ ਪਿੰਜਰੇ ਦੇ ਉੱਤੇ ਬੈਠਾ ਜੜ ਕੇ। ਤੂੰ ਜਾਣਾ ਵਿੱਚ? ਤੂੰ ਜਾਣਾ ਪੁੱਤ? 11:30 ਵੱਜ ਗਏ ਆ, ਤੁਹਾਡਾ ਰੋਜ਼ ਦਾ ਟਾਈਮ ਆ। ਕਦੀ ਆਪਣੀ ਮਰਜ਼ੀ ਨਾਲ ਤੁਸੀਂ ਭਾਵੇਂ 10:30 ਵਿੱਚ ਵੜ ਜਾਓ, ਹੁਣ 11:30 ਹੋ ਗਏ ਆ। ਹੈਂ, ਚਲੋ ਫਿਰ ਵਿੱਚ ਚਲੋ ਬੇਟਾ, ਚਲੋ ਚਲੋ ਸੋਹਣਾ ਬੇਟਾ, ਚਲੋ ਸੋਹਣਾ ਬੇਟਾ। ਹਾਂ, ਜਾਣਾ ਵਿੱਚ ਪਿੰਜਰੇ ਜਾਣਾ ਨਾ? ਆਹੋ ਜਾਣਾ ਵਾ, ਚਲੋ। ਚੱਲੀ ਵਿੱਚ, ਚੱਲੀ ਵਿੱਚ ਵਿੱਚ ਚੱਲੀ ਜਾਣਾ ਪਿੰਜਰੇ 'ਚ। ਹੈਂ, ਤੂੰ ਮਿੱਠੂ ਵਾ, ਮਿੱਠੂ ਜਾਊ ਵਿੱਚ। ਨੀਨੀ ਕਰਨੀ ਪੁੱਤ, ਨੀਨੀ ਨਹੀਂ ਕਰਨੀ? ਚਲੋ ਨੀਨੀ ਕਰੋ ਬੇਟਾ, ਨੀਨੀ ਕਰੂਗਾ। ਭਾਅ ਵਿੱਚ ਚੱਲ ਗਿਆ ਵਾ, ਆਹੋ ਭਾਅ ਵਿੱਚ ਵੜ ਗਿਆ। ਚਲੋ ਪਿੰਟੂ ਚੱਲ ਗਿਆ ਵਿੱਚ, ਜਾਣਾ ਨਹੀਂ ਆ? ਨਹੀਂ ਜਾਣਾ? ਰੁੱਕ, ਮੈਂ ਤੁਹਾਨੂੰ ਵਿਖਾਵਾਂਗੀ ਕਿਵੇਂ ਜਾਂਦਾ ਪਿੰਜਰੇ ਦੇ ਵਿੱਚ। ਆ ਵੇਖੋ ਜਾਂਦਾ, ਹੁਣੇ ਚੱਲਿਆ ਵਿੱਚ। ਚਲੋ ਚਲੋ ਚੱਲਿਆ ਜੀ ਵਿੱਚ, ਉਹ ਜਾਂਦਾ ਇੱਦਾਂ ਚੱਲ ਜਾਂਦਾ, ਆਪੇ ਹੀ ਚੱਲ ਜਾਂਦਾ ਵਿੱਚ। ਚੱਲ ਸਾਢੇ 11 ਵੱਜ ਗਏ ਆ। ਆ ਵੇਖੋ ਮਿੱਠੂ ਸਾਡਾ ਇੱਦਾਂ ਬਹਿ ਜਾਂਦਾ ਕੌਲੀ ਦੇ ਉੱਤੇ ਚੜ੍ਹ ਕੇ ਪਿੰਜਰੇ ਦੇ ਵਿੱਚ। ਉੱਪਰ ਵਾਲੇ ਡੰਡੇ ਦੇ ਉੱਤੇ ਬਹਿੰਦੇ, ਦੋ ਡੰਡੇ ਰੱਖੇ ਆ ਥੱਲੇ। ਆ ਵੇਖੋ ਜਿਹੜਾ ਉੱਚਾ ਛੋਟਾ ਆਪਣਾ ਡੰਡਾ ਲਾਇਆ ਨਾ, ਉਹਦੇ ਉੱਪਰ ਬਹਿੰਦੇ ਆ। ਤੇ ਪਿੰਟੂ ਸਾਡਾ ਆ ਬੈਠਾ ਇੱਧਰ ਬਹਿਣਾ, ਇਹਨਾਂ ਨੇ ਇੰਨਾ ਗੈਪ ਪਾਉਣਾ ਵਿੱਚ, ਇਹਨੇ ਇੱਧਰ ਬਹਿ ਜਾਣਾ ਵਾ ਅਤੇ ਮਿੱਠੂ ਨੇ ਪਰਲੇ ਪਾਸੇ ਬਹਿ ਜਾਣਾ। ਇੱਕ ਦੂਜੇ ਨੂੰ ਸੀਟ ਨਹੀਂ ਦੇਣੀ ਇਹਨਾਂ ਨੇ, ਆਪਾਂ ਆਪਣੀ ਸੀਟ ਦੇ ਉੱਤੇ ਬਹਿਣਾ। ਆ ਅਸੀਂ ਇਸ ਤਰ੍ਹਾਂ ਆ ਨਾਲ ਨਾ ਰੱਸੀ ਜੀ ਬੱਧੀ ਆ ਕੱਪੜੇ ਦੀ, ਤੋ ਬੰਨ੍ਹਦੀ ਦੀ ਆ ਦਰਵਾਜ਼ਾ ਨਾ ਥੱਲੇ ਡਿੱਗ ਜਾਂਦਾ ਵਾ। ਆ ਵੇਖੋ ਪਾਣੀ ਪੀਣ ਆਏ, ਪਾਣੀ ਪੀਣ ਆਇਆ ਜੀ, ਪਿਆਸ ਲੱਗੀ ਆ ਤੇ ਪਾਣੀ ਪੀ ਕੇ ਫਿਰ ਉੱਪਰ ਚੜ੍ਹ ਚੱਲੇ ਆ। ਚੜ੍ਹ ਗਿਆ, ਵੇਖੋ ਰੱਸੀ ਅਸੀਂ ਖੋਲ੍ਹ ਲਈ ਆ, ਅਤੇ ਇਹਨੂੰ ਅਸੀਂ ਇੱਦਾਂ ਠਾਂ ਕਰ ਦੇਣਾ, ਠਾਂ ਹੋ ਗਿਆ, ਬੰਦ ਹੋ ਗਿਆ ਹੁਣ ਵਿੱਚ ਵੜ ਗਏ ਦੋਨੇ।
ਬਾਕੀ ਜੇ ਸਾਡੇ ਮਿੱਠੂਆਂ ਦੇ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਆ ਉਹ ਸਬਸਕ੍ਰਾਈਬ ਜ਼ਰੂਰ ਕਰਨ ਅਤੇ ਸ਼ੇਅਰ ਵੀ ਕਰਨ, ਅਤੇ ਕਮੈਂਟ ਕਰਕੇ ਸਾਨੂੰ ਦੱਸਣ ਕਿ ਵੀਡੀਓ ਕਿੱਦਾਂ ਦੀਆਂ ਲੱਗਦੀਆਂ।